मॉडल टाउन चौकी इंचार्ज गुरदीप सिंह ने दसिया कि दीवारां विच सन लगा के चोरी करन वाले इन्हां चोरां दी पटियाला पुलिस नूं पिछले काफी समय तो तलाश सी, जिन्हां चों इक दा नाम हीरा लाल जो कि नेपाल दा रहन वाला है अते दूसरा प्रिंस जो कि पटियाला दा रहन वाला है। इन्हां दोहां दी पुलिस नूं कई मामलों दे विच तलाश सी। इन्हां दोहां ने मोबाइल दुकान अते शराब दी दुकानां दीआं दीवारां तोड़ के नकदी अते शराब दे नाल नाल 8 मोबाइल भी चोरी कर ले सन, जिस दे तहत इन्हां दे खिलाफ FIR दर्ज कीती गई सी। इन्हां दे साथी बाकी दो लड़के जिन्हां चों इक दा नाम प्रेम कुमार अते दूसरे दा नाम शिव कुमार है जो कि पटियाला विच किराए ते मकान ते रहंदे हन, उन्हां नूं भी गिरफ्तार कर लिया गया है, जिन्हां ने पंजाब एंड सिंध बैंक दी दीवार तोड़ के चोरी करन दी कोशिश कीती सी। चौकी इंचार्ज गुरदीप सिंह ने दस्या कि इन्हां सारेयां दे पहलां भी कई अपराधिक मामले दर्ज सन, इन्हां तों होर भी खुलासे होण दी उम्मीद कीती जा रही है, जिस करके पुलिस ने इन्हां दा 2 दिनां दा रिमांड हासिल कर लिया है। इन्हां जी असीं 4 लड़के अरेस्ट कीते ने, जिहड़े कि साडे कोले अपना अलग-अलग 3 FIR दर्ज सी, जिहदे विच इक मोबाइलां दी दुकान 24 नंबर फाटक ते टुट्टी सी 7/5/2020 ਨੂੰ। ਉਹਦੇ 'ਚ 8 ਮੋਬਾਈਲ ਮਤਲਬ ਕਿ ਚੋਰੀ ਹੋਏ ਸੀ। ਉਹਦੇ 'ਚ ਅਸੀਂ ਲੜਕਾ ਪ੍ਰਿੰਸ ਸਨ ਆਫ ਰਾਜਕੁਮਾਰ ਵਾਸੀ ਇਹ ਹੈਗਾ ਕਲਰ ਕਲੋਨੀ ਪਟਿਆਲਾ। ਦੂਜੀ FIR 134 ਨੰਬਰ 2/6/2020 ਇਹਦੇ ਵਿੱਚ ਫੁਹਾਰਾ ਚੌਂਕ ਪਟਿਆਲਾ ਇੱਕ ਠੇਕਾ ਟੋੜਿਆ ਸੀ, ਜਿਹਦੇ ਵਿੱਚ ਅਸੀਂ 2 ਲੜਕੇ ਅਰੈਸਟ ਕੀਤੇ ਨੇ। ਪਹਿਲੇ ਲੜਕੇ ਦਾ ਨਾਂ ਹੀਰੂ ਉਰਫ ਹੀਰਾ ਲਾਲ ਪੁੱਤਰ ਰਾਜਕੁਮਾਰ, ਇਹ ਹੈਗਾ ਜੀ ਨੇਪਾਲ ਦਾ, ਇਹ ਮਜੀਠੀ ਇਨਕਲੇਵ ਇੱਥੇ ਕਿਰਾਏ 'ਤੇ ਰਹਿੰਦਾ ਜੀ। ਅਤੇ ਦੂਜਾ ਲੜਕਾ ਹੈਗਾ ਜੀ ਪ੍ਰਿੰਸ, ਜਿਹੜਾ ਕਲਰ ਕਲੋਨੀ ਦਾ ਜੀ। ਇਹਨਾਂ ਨੇ ਠੇਕਾ ਤੋੜ ਕੇ ਉਹਦੇ ਵਿੱਚੋਂ ਸ਼ਰਾਬ ਅਤੇ ਨਕਦੀ ਚੋਰੀ ਕੀਤੀ ਸੀ। ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਪਹਿਲੇ ਵੀ ਸੀ? ਹਾਂ, ਪਹਿਲਾਂ ਵੀ ਇਹਨਾਂ ਦੇ ਕਾਫੀ ਮੁਕੱਦਮੇ ਦਰਜ ਨੇ ਵੱਖ ਵੱਖ ਥਾਣੇ ਦੇ ਵਿੱਚ। ਰਿਮਾਂਡ ਵਗੈਰਾ ਕੋਈ ਲਿੱਤਾ? ਹਾਂ, ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ, ਜਿਹਦੇ ਵਿੱਚ ਇਹਨਾਂ ਤੋਂ ਪੁੱਛਗਿੱਛ ਜਾ ਰਹੀ ਆ, ਹੋਰ ਕਾਫੀ ਖੁਲਾਸੇ ਹੋਣ ਦੀ ਉਮੀਦ ਆ। ਕਿੰਨੇ ਦਿਨ ਦਾ ਮਿਲਿਆ ਜੀ ਰਿਮਾਂਡ? ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ। ਬੈਂਕ ਪਾਰਟ ਲੱਗਿਆ ਸੀ, ਉਹਦੇ ਵਿੱਚ 3 ਲੜਕੇ ਅਸੀਂ ਨਾਮਜ਼ਦ ਕੀਤੇ ਨੇ, ਜਿਹਦੇ ਵਿੱਚ ਅਸੀਂ 2 ਲੜਕਿਆਂ ਨੂੰ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਜੀ। ਓਕੇ, ਉਹ ਕਿਹੜੇ ਲੜਕੇ ਨੇ? ਪਹਿਲੇ ਲੜਕੇ ਦਾ ਨਾਂ ਜੀ ਪ੍ਰੇਮ ਉਰਫ ਪ੍ਰੇਮਾ, ਇਹ ਹੈਗਾ ਜੀ ਲਾਲਜੀਤ ਅਬਲੋਵਾਲ ਦਾ ਰਹਿਣ ਵਾਲਾ ਜੀ, ਕ੍ਰਿਸ਼ਨਾ ਕਲੋਨੀ ਅਬਲੋਵਾਲ। ਦੂਜਾ ਲੜਕਾ ਸਿਵਾ ਕੁਮਾਰ ਹੈ ਜੀ, ਸਨ ਆਫ ਰਾਜੂ, ਇਹ ਸੈਂਚਰੀ ਇਨਕਲੇਵ ਦਾ। ਹਾਂ, ਇੱਥੇ ਦੇ ਇਹ ਕਿਰਾਏ 'ਤੇ ਰਹਿੰਦੇ ਨੇ ਅਤੇ ਇਹਨਾਂ ਦਾ ਪਹਿਲਾਂ ਵੀ ਇਹਨਾਂ ਦੇ ਮੁਕੱਦਮੇ ਦਰਜ ਨੇ ਅਤੇ ਇਹਨਾਂ ਨੇ ਇੱਥੇ ਪੰਜਾਬ ਐਂਡ ਸਿੰਧ ਬੈਂਕ ਪਾਰਟ ਲਾ ਲਿਆ ਸੀ, ਹਾਂ, ਜਿਹਦੇ ਵਿੱਚ ਅਸੀਂ ਇਹਨਾਂ ਨੂੰ ਅਰੈਸਟ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਹਾਂ। ਅਤੇ ਇੱਕ ਪਾਰਟ ਪਾਇਆ ਸੀ, ਪਰ ਉਹਦੇ 'ਚ ਕੋਈ ਵੀ ਆਪਣਾ ਚੋਰੀ ਕੋਈ ਵੀ ਨੁਕਸਾਨ ਨਹੀਂ ਹੋਇਆ। ਹਾਂ, ਇਹਨਾਂ ਦਾ ਸਾਨੂੰ 4 ਦਿਨ ਦਾ ਰਿਮਾਂਡ ਮਿਲਿਆ ਅਤੇ ਜਿਹਦੇ 'ਚ ਪੁੱਛਗਿੱਛ ਜਾ ਰਹੀ ਆ ਅਤੇ ਹੋਰ ਕਾਫੀ ਖੁਲਾਸੇ ਸਾਹਮਣੇ ਆਉਣ ਦੀ ਉਮੀਦ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ TV।